الشيطان الرجيم بسم الله الرحمن الرحيم الصلوات الحمد لله رب العالمين ولا عاقبة للمتقين وجنة للمؤمنين صلوات پڑھو چے آواز نا الصلوات والسلام علی اشرف الانبیاء والمرسلین صلوات سیدِ سکلا شم سل مشرق والمغرب حسن والحسین خط شمر نے لکھی ہے حاکم کو سن دے بیٹھے ہو اساں کیتے ظلم اخیر کیڑے اساں وچ کربل دے مارے بھیڑی دے سامنے اساں وچ کربل دے مارے نو بھیڑی دے سامنے وی وچ کربل دے مارے بھیڑی دے سامنے کل ستر قدم دے بھیڑا ہی ہائی خنجر دے ہر ذرا بھی اتنے ویندا ہمیں میری منت کرے ہمشی رو پیو رو پیو دو ترے گلاں کرنا چاہنا میری سائن دے بڑے ذاکر میرے پیچھے بیٹھے ایک گل کرنا جانا کربل دی جنگ جنگ نہ آئی ظلم آئی اینی تکی جنگ آئی چڑھ دے تے شروع ہوئی لان دے تے مک گئی آزان تو شروع ہوئی سج دے تے مک گئی کئی دی جوانی تو شروع ہوئی کئی دی ضعیفی تے مک گئی سوے پہر تے دیا پوتر دی برچی تو شروع ہوئی ماں دے برکے تے مک گئی جیڑی دی گرے لے آدی آئی حسین باب جوان تیرے بال
ਹੌਸਲੇ ਨਾਲ ਦੋਵੇਂ ਸੁਣੋ, ਮੈਂ ਜਨਾਬ ਕਰੋ ਤੁਹਾਡਾ ਵਤਨੀ ਨੌਕਰ ਹੋਣ ਦੇ ਨਾਤੇ ਨਾਲ ਇੱਕ ਵੈਣ ਕਰਨਾ ਬਾਵੇ ਸਾਬਿਰ ਦਾ ਬਜੜਾ ਹਰ ਜਾਤ ਤੇ ਸ਼ਖਸੀਅਤ ਦਾ ਫਰਕ ਸੈਯਦਾ ਦਾ ਬਾਵਾ ਕਰਬਲਾ ਦੇ ਮੈਦਾਨ ਚੀਵੇਂ ਆਈ ਦਾਵੀ ਦਰੀ ਚੜੇ ਹੁਸੈਨ ਦਾ ਅਕਬਰ ਲੱਥੇ ਬੀਬੀਆਂ ਰਾਜ ਕਿਨੂੰ ਨੀਂ ਕਰਬਲਾ ਦਾ ਪਹਿਲਾ ਸ਼ਹੀਦ ਅਲੀ ਅਕਬਰ ਜਿਹਦੀ ਲਾਸ਼ ਤੇ ਬੀਬੀਆਂ ਪੱਥਰਾਂ ਦਾ ਮਾਤਮ ਕੀਤਾ ਹੌਸਲੇ ਨਾਲ ਇੱਕ ਵੇਣ ਸੁਣੋ, ਹੌਸਲੇ ਨਾਲ ਇੱਕੋ ਵੇਣ ਸੁਣੋ ਖਤਮ ਵਾਹਿਦ ਸ਼ਹੀਦ ਅਲੀ ਅਕਬਰ ਜਿਹਦੀ ਲਾਸ਼ ਤੇ ਇੱਕ ਬੀਬੀ ਕੋ ਹਟੈਂਦਾ ਬਈ ਜਾਣ ਪਾਉਂਦੀ ਹੈ ਜ਼ਿਕਰ ਹੁਸੈਨ ਕੁਰਾਨ ਤੂੰ ਘੱਟ ਨਹੀਂ ਇਤਬਾਰ ਵੀ ਤਾਂ ਮੇਰੀ ਜ਼ਬਾਨ ਤੇ ਯਕੀਨ ਕਰਵਾਂ ਸੈਦਾਂ ਦੇ ਘਰ ਦੇ ਵੱਡੇ ਕਜ਼ੀਏ ਦਾ ਨਾਂ ਹੈ ਅਲੀ ਅਕਬਰ ਜਿਹਦੀ ਮਾਂ ਪਰਦੇਦਾਰਾਂ ਚ ਬਹਿ ਕੇ ਆਉਂਦੀ ਹੈ ਹੰਜ ਜੋ ਨਿਵੀ ਆਉਂਦੀ ਮੈਂ ਕਿਹਦਾ ਔਖਾ ਪਾਲੇ ਓ ਪਿਓ ਕਿਤਨਾ ਔਖਾ ਚੜਾ ਉਮਤ ਕਿਤਨਾ ਔਖਾ ਲਾਏ ਅੱਲਾ ਦੇ ਮਹਿਮਾਨ ਕਰਾਉਣ ਵਾਲੇ ਲੋਕੋ ਚੌਂਤਰੀ ਮੁਹਰਮ ਪਾਕਿਸਤਾਨ ਵਿੱਚ ਗੁਜ਼ਾਰੇ ਆਪਣੇ ਪੇਟ ਵਾਸਤੇ ਆਪਣੀ ਜ਼ਾਕਰੀ ਵਾਸਤੇ ਆਪਣੇ ਬੱਚਿਆਂ ਦੇ ਰਿਜ਼ਕ ਵਾਸਤੇ ਨਮਕ ਖਾਦਮ ਹੁਸੈਨ ਦੇ ਮੰਨਣ ਵਾਲਿਆਂ ਦਾ 34 ਸਾਲ ਪਾਕਿਸਤਾਨ 35ਵਾਂ ਸਾਲ ਬਾਦਸ਼ਾਹ ਹੁਸੈਨ ਦੀ ਜ਼ਰੀ ਤੇ ਮੁਹਰਮ ਹੀ ਮੇਰਾ ਇਹੋ ਆਈ ਜਿਹੜਾ ਮੈਂ ਕਰਬਲਾ ਪੜ੍ਹੇ ਮੇਰੀ ਇੱਜ਼ਤ ਦਾ ਮੇਰੀ ਬਖਸ਼ਿਸ਼ ਦਾ ਮੁਹਰਮ ਇਹੋ ਆਈ ਹਾਫਿਜ਼ ਮੁਹੰਮਦ ਅਲੀ ਦਾ ਇੱਕ ਸਿੱਕਾ ਹੈ ਤੁਸੀਂ ਜ਼ਾਤੀ ਤੌਰ ਤੇ ਜਾਣਦੇ ਹੋ ਜਿਹਦਾ ਨਾਂ ਸਫਦਰੇ ਨਜਫ ਪੜ੍ਹਦੇ ਦਾਵਾ ਸਾਲੇ ਰਾਂਦਾ ਨਜਫ ਬਾਬੇ ਕਿਬਲਾ ਵਾਲੇ ਪਾਸੋਂ ਆਏ ਹੁਸੈਨ ਦੀ ਜ਼ਰੀ ਦਾ ਤਵਾਫ ਕਰਕੇ ਇਬਰਾਹੀਮ ਮੁਜਾਬ ਤੋਂ ਟੁਰਦੇ ਪਿਆ ਸੇ ਮੇਰਾ ਮੋਢਾ ਹਲਾ ਕੇ ਆਖੇ ਜ਼ਵਾਰ ਰੁਕ ਵਾਂਜੇ ਦਰਵਾਜ਼ੇ ਤੇ ਤਖਤੀ ਲੱਗੀ ਖੜੀਏ ਇੱਕ ਪਾੜ ਅਰਬੀ ਚ ਜੁਮਲੇ ਹਨ ਮੈਂ ਆਖੇ ਮਾਨਾ ਲਾਸੂ ਆਖੇ ਹੁਸੈਨ ਅਕਬਰ ਦੇ ਸਿਰਾਂ ਤੋਂ ਬਹਿ ਕੇ ਆਪਣੇ ਮੰਨਣ ਵਾਲੇ ਤੋਂ ਪੈਗਾਮ ਭੇਜੇ ਆਜਾ ਬੈਠੇ ਮੇਰੇ ਮੰਨਣ ਵਾਲਾ ਨਮਾਜ਼ ਲਾਲਚ ਕਰਕੇ ਪੜੇ ਸਜਦੇ ਗਾ ਤੇ ਸਜਦਾ ਦੇਵੇ ਹੁਸੈਨ ਦੇ ਜਦਾ ਫਾਰਗ ਥੀਵੇਂ ਸਜਦੇ ਗਾ ਕੁਝ ਮੈਂ ਸਮਝੇ ਮੇਰੇ ਅਕਬਰ ਦਾ ਸੀਨਾ ਚੁੰਮੇ ਆਦੇ ਤੂੰ ਰਾਜ ਰਾਜ ਚੁੰਮੇ ਉਹਦੀ ਮਾਂ ਦੀ ਕਿਸਮਤ ਜਿਹੜੀ ਸ਼ਾਮ ਤੱਕ ਗਈ ਹੈ ਮੈਂ ਕੋਈ ਪਰਛੀ ਕਿਤੇ ਪਾ